ਇਤਰਾਜ਼ਯੋਗ ਪਰਚਾ ਜਿਸਨੇ ਕਿ ਦਿੱਲੀ ਦੀ ਸਿਆਸਤ ਵਿੱਚ ਖਲਬਲੀ ਮਚਾ ਰੱਖੀ ਹੈ। ਪੂਰਬੀ ਦਿੱਲੀ ਦੀ ਲੋਕ ਸਭਾ ਸੀਟ ਤੇ ਮੁਕਾਬਲਾ ਕਾਫੀ ਦਿਲਚਸਪ ਹੁੰਦਾ ਜਾ ਰਿਹਾ। ਆਮ ਆਦਮੀ ਪਾਰਟੀ ਦੇ ਉਮੀਦਵਾਰ ਆਤਿਸ਼ੀ ਖਿਲਾਫ ਇਤਰਾਜ਼ਯੋਗ ਪਰਚੇ ਵੰਡੇ ਜਾਣ ਤੋਂ ਬਾਅਦ ਇਸ ਸੀਟ ਤੇ ਦੋਵਾਂ ਪਾਸਿਆਂ ਵੱਲੋਂ ਬਵਾਲ ਸ਼ੁਰੂ ਹੋ ਚੁੱਕਾ ਹੈ। ਆਤਿਸ਼ੀ ਖਿਲਾਫ ਚੋਣ ਲੜ ਰਹੇ ਬੀਜੇਪੀ ਉਮੀਦਵਾਰ ਤੇ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਤੇ ਇਲਜ਼ਾਮ ਲੱਗਣ ਤੋਂ ਬਾਅਦ ਉਹਨਾਂ ਨੇ ਅਰਵਿੰਦ ਕੇਜਰੀਵਾਲ ਤੇ ਕਿਸੇ ਵੀ ਹੱਦ ਤੱਕ ਡਿੱਗਣ ਦਾ ਇਲਜ਼ਾਮ ਲਗਾਇਆ ਤੇ ਨਾਲ ਹੀ ਕੇਜਰੀਵਾਲ ਸਹਿਤ ਆਤਿਸ਼ੀ ਤੇ ਮਨੀਸ਼ ਸਿਸੋਦੀਆ ਦੇ ਮਾਣਹਾਨੀ ਦਾ ਕੇਸ ਕਰ ਦਿੱਤਾ, ਜਿਸ ਤੋਂ ਬਾਅਦ ਮਨੀਸ਼ ਸਿਸੋਦੀਆ ਨੇ ਵੀ ਇਸਦਾ ਜਵਾਬ ਟਵੀਟ ਰਾਹੀਂ ਦਿੱਤਾ। ਉੱਥੇ ਹੀ ਹੁਣ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਾਬਕਾ ਜਸਟਿਸ ਜੋਰਾ ਸਿੰਘ ਨੇ ਕਿਹਾ ਹੈ ਕਿ ਬੀਜੇਪੀ ਦਾ ਮਹਿਲਾ ਵਿਰੋਧੀ ਚਿਹਰਾ ਬੇਨਕਾਬ ਹੋ ਚੁੱਕਾ ਹੈ। ਇਸ ਦੌਰਾਨ ਉਹਨਾਂ ਨੇ ਗੌਤਮ ਗੰਭੀਰ ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਨਾਲ ਹੀ ਉਹਨਾਂ ਕਿਹਾ ਕਿ ਸਮ੍ਰਿਤੀ ਇਰਾਨੀ ਤੇ ਸੁਸ਼ਮਾ ਸਵਰਾਜ ਹੁਣ ਚੁੱਪ ਕਿਉਂ ਨੇ, ਚੋਣ ਕਮਿਸ਼ਨ ਨੂੰ ਗੌਤਮ ਗੰਭੀਰ ਦੀ ਨੋਮੀਨੇਸ਼ਨ ਰੱਦ ਕਰ ਦੇਣੀ ਚਾਹੀਦੀ ਹੈ ਤੇ ਨਾਲ ਹੀ ਉਹ ਇਸ ਦੀ ਸ਼ਿਕਾਇਤ ਮਹਿਲਾ ਕਮਿਸ਼ਨ ਨੂੰ ਵੀ ਕਰਨਗੇ। ਦੇਖੋ, ਜਿਹੜਾ ਅਨੋਨਿਮਸ ਲੈਟਰ ਅਗੇਂਸਟ ਦਿਸ ਲੇਡੀ ਆਤਿਸ਼ੀ ਦੇ ਸਰਕੂਲੇਟ ਹੋਇਆ ਹੈਗਾ, ਇਹ ਬੀਜੇਪੀ ਨਹੀਂ ਕਰਾਇਆ ਹੈਗਾ, ਗੌਤਮ ਗੰਭੀਰ ਉਹਦੇ ਅਗੇਂਸਟ ਨੇ ਕਿ ਬੀਜੇਪੀ ਵੱਲੋਂ ਟਿਕਟ ਲੜ ਰਿਹਾ ਹੈਗਾ ਔਰ ਹੋਰ ਤਾਂ ਕੋਈ ਇੰਟਰਸਟਡ ਨਹੀਂ ਹੈਗਾ। ਇਹ ਬੀਜੇਪੀ ਇੰਟਰਸਟਡ ਹੈਗੀ ਹੈ ਵੀ ਇਹਨੂੰ ਡਿਫੇਮ ਕੀਤਾ ਜਾਵੇ। ਅਨੋਨਿਮਸ ਲੈਟਰ ਲਿਖਿਆ, ਉਹਦੇ ਕਰੈਕਟਰ ਬਾਰੇ ਐਲੀਗੇਸ਼ਨ ਉਹਦੇ ਕਰੈਕਟਰ ਦੇ ਬਾਰੇ ਲਿਖੇ ਗਏ ਆ ਔਰ ਉਹ ਗੌਤਮ ਗੰਭੀਰ ਦੇ ਅਗੇਂਸਟ ਜਿਹੜੇ ਐਲੀਗੇਸ਼ਨ ਲੱਗ ਰਿਹਾ ਵੀ ਉਹਨੇ ਇਹ ਪੈਫਲੇਟ ਜਾਰੀ ਕੀਤੇ ਆ, ਉਹਨੇ ਉਹ ਪਿੱਛੇ ਬੈਕ 'ਤੇ ਗੌਤਮ ਗੰਭੀਰ ਹੈ, ਇਲੈਕਸ਼ਨ ਕਮਿਸ਼ਨ ਨੂੰ ਉਹਦੀ ਨੋਮੀਨੇਸ਼ਨ ਰੱਦ ਕਰਨੀ ਚਾਹੀਦੀ ਹੈ। ਜੇ ਉਹ ਇਸ ਸਟੇਜ 'ਤੇ ਵੂਮੈਨ ਦੇ ਖਿਲਾਫ਼ ਇਸ ਤਰ੍ਹਾਂ ਦੀ ਐਲੀਗੇਸ਼ਨ ਲਾ ਸਕਦਾ, ਕੱਲ੍ਹ ਨੂੰ ਐਜ ਐਮ ਪੀ ਕੀ ਉਹ ਨੇ ਕਿ ਵੂਮੈਨਸ ਦੀ ਰਿਸਪੈਕਟ ਕਰੇਗਾ? ਬੀਜੇਪੀ ਕੀ ਗੌਰਮੈਂਟ ਵੂਮੈਨਸ ਦੀ ਰਿਸਪੈਕਟ ਕਰੇਗੀ? ਬੀਜੇਪੀ ਪਹਿਲਾਂ ਵੀ ਅਗੇਂਸਟ ਵੂਮੈਨ ਨੇ ਕਿ ਸਰ ਇਸ ਤਰ੍ਹਾਂ ਦੇ ਲੈਟਰ ਕਰ ਰਹੇ ਆ ਔਰ ਉਹਨਾਂ ਦੇ ਡਿਫੇਮ ਕਰ ਰਹੀ ਹੈ। ਬੀਜੇਪੀ ਨੂੰ ਇਸ ਲੈਟਰ ਦਾ ਜਿਹੜਾ ਇਹਨਾਂ ਨੇ ਅਨੋਨਿਮਸ ਲੈਟਰ ਅਗੇਂਸਟ ਲੇਡੀ ਦੇ ਲਿਖਾਇਆ ਹੈ, ਲਿਖਿਆ ਭੇਜਿਆ ਹੈਗਾ, ਇਹਦਾ ਉਹਨਾਂ ਨੂੰ ਮੁੱਲ ਨਾ ਕਿ ਪੂਰਾ ਨਾ ਕਿ ਤਾਰਨਾ ਪਏਗਾ ਔਰ ਇਲੈਕਸ਼ਨ ਦੇ ਵਿੱਚ ਪਬਲਿਕ ਇਹ ਸੋਚੇਗੀ ਔਰ ਪਬਲਿਕ ਡੈਫੀਨੇਟਲੀ ਅਗੇਂਸਟ ਬੀਜੇਪੀ ਵੋਟ ਕਰੇਗੀ। ਇਸ ਤਰ੍ਹਾਂ ਲੈਟਰ ਦਾ ਅਗੇਂਸਟ ਐਨੀ ਲੇਡੀ ਲਿਖਿਆ ਜਾ ਸਕਦਾ? ਉਹਨੂੰ ਡਿਮੋਰਲਾਈਜ਼ ਕਰਨ ਵਾਸਤੇ ਕੋਈ ਉਹਨਾਂ ਦੇ ਖਿਲਾਫ਼ ਕੋਈ ਐਲੀਗੇਸ਼ਨ ਕਿ ਕੋਈ ਪਰੂਫ ਹੋਵੇ, ਫਿਰ ਵੱਖਰੀ ਗੱਲ ਆ, ਲੇਕਿਨ ਵਿਦਾਊਟ ਪਰੂਫ ਹੈ ਕਿ ਅਨੋਨਿਮਸ ਲੈਟਰ ਲੈ ਕੇ ਲੇਡੀਜ਼ ਨੂੰ ਡਿਫੇਮ ਕਰਨਾ ਵੈਰੀ ਸੈਡ, ਵੈਰੀ ਬੈਡ ਔਰ ਮੈਂ ਇਹਨੂੰ ਪੂਰਾ ਲੈ ਕੇ ਕੰਡੈਮ ਕਰਦਾ ਔਰ ਬੜੀ ਸ਼ਰਮਨਾਕ ਗੱਲ ਹੈ ਕਿ ਬੀਜੇਪੀ ਵਾਸਤੇ ਜਿਹੜੀ ਕਿ ਬੀਜੇਪੀ ਇਸ ਤਰ੍ਹਾਂ ਦੀਆਂ ਹਰਕਤਾਂ ਕਰ ਰਹੀ ਹੈ। ਉਹਨਾਂ ਬੀਜੇਪੀ ਨੂੰ ਫਾਈਟ ਕਰਨਾ ਚਾਹੀਦਾ ਗਾ, ਇਲੈਕਸ਼ਨ ਫਾਈਟ ਕਰਨਾ, ਇਲੈਕਸ਼ਨ ਦੇ ਨੋਰਮਸ ਹੈਗੇ ਆ, ਉਹ ਉਸ ਮੁਤਾਬਕ ਫਾਈਟ ਕਰਨਾ ਚਾਹੀਦੇ, ਨਾ ਕਿ ਇਸ ਤਰ੍ਹਾਂ ਲੈਟਰ ਲਿਖ ਕੇ ਨੇ ਕਿ ਆਪਣੇ ਆਮ ਆਦਮੀ ਪਾਰਟੀ ਜਾਂ ਲੀਡਿੰਗ ਨੂੰ ਡਿਫੇਮ ਕਰਨਾ। ਅੱਜ ਆਤਿਸ਼ੀ ਦੇ ਅਗੇਂਸਟ ਅਨੋਨਿਮਸ ਲੈਟਰ ਲਿਖਿਆ ਗਿਆ ਕਿ ਬੀਜੇਪੀ ਵਿੱਚ ਲੇਡੀਜ਼ ਹੈਗੀ ਆ, ਉਹ ਜਿਹੜੀ ਬੀਜੇਪੀ 'ਚ ਸੁਸ਼ਮਾ ਸਵਰਾਜ ਹੈਗੀ ਆ, ਰਾਨੀ ਹੈਗੀ ਆ, ਮੈਡਮ ਜਿਹੜੀ ਹੈਗੀ ਆ, ਉਹ ਵੀ ਲੇਡੀਜ਼ ਬੀਜੇਪੀ ਦੇ ਕੈਂਡੀਡੇਟ ਹੈਗੀ ਆ, ਬੀਜੇਪੀ ਦੇ ਕੈਂਡੀਡੇਟ ਹੋਣ ਕਰਕੇ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਵੀ ਅਗੇਂਸਟ ਲੇਡੀਜ਼ ਦੇ ਇਹ ਅਨੋਨਿਮਸ ਲੈਟਰ ਲਿਖੇ ਆ, ਕੱਲ੍ਹ ਨੂੰ ਉਹਨਾਂ ਦੇ ਖਿਲਾਫ਼ ਵੀ ਕੋਈ ਲੈਟਰ ਇਸ ਤਰ੍ਹਾਂ ਆ ਸਕਦਾ, ਉਹਨਾਂ ਨੂੰ ਬਿਲਕੁਲ ਅੱਗੇ ਆ ਕੇ ਇਹਨਾਂ ਨੂੰ ਕੰਡੈਮ ਕਰਨਾ ਚਾਹੀਦਾ, ਬੀਜੇਪੀ ਨੂੰ ਨਾ ਕਿ ਉਹਨਾਂ ਨੂੰ ਬੀਜੇਪੀ ਨੂੰ ਆਪਣੇ ਜਿਹੜੇ ਉਹਨਾਂ ਦੇ ਹਾਇਰ ਅਥਾਰਟੀਜ਼ ਹੈਗੀਆਂ, ਪੀ ਐੱਮ ਮੋਦੀ ਹੈਗਾ, ਉਹਨਾਂ ਨੂੰ ਇਹ ਕਹਿਣਾ ਚਾਹੀਦਾ, ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਉਹਨਾਂ ਨੂੰ ਵੀ ਇਸ ਤਰ੍ਹਾਂ ਦੇ ਲੈਟਰ ਲਿਖ ਕੇ ਲੇਡੀਜ਼ ਨੂੰ ਡਿਫੇਮ ਕਰ ਰਹੇ ਆ। ਉੱਥੇ ਗੌਤਮ ਗੰਭੀਰ ਨੇ ਟਵੀਟ ਕਰਕੇ ਕਿਹਾ ਕਿ ਜੇਕਰ ਉਹਨਾਂ ਤੇ ਲੱਗੇ ਇਲਜ਼ਾਮ ਸਾਬਿਤ ਹੁੰਦੇ ਨੇ ਤਾਂ ਉਹ ਰਾਜਨੀਤੀ ਤੋਂ ਸੰਨਿਆਸ ਲੈ ਲੈਣਗੇ। ਉੱਥੇ ਹਰਭਜਨ ਸਿੰਘ ਵੀ ਗੌਤਮ ਗੰਭੀਰ ਦੇ ਹੱਕ 'ਚ ਉਤਰ ਆਏ ਨੇ। ਉਹਨਾਂ ਨੇ ਟਵੀਟ ਕਰਕੇ ਕਿਹਾ ਕਿ ਇਹ ਬੰਦਾ ਕਿਸੇ ਵੀ ਔਰਤ ਨਾਲ ਇਸ ਤਰ੍ਹਾਂ ਨਹੀਂ ਕਰ ਸਕਦਾ। ਹੁਣ ਵੇਖਣਾ ਹੋਵੇਗਾ ਕਿ ਇੱਜ਼ਤ ਦਾ ਸਵਾਲ ਬਣੀ ਦਿੱਲੀ ਦੀ ਸੀਟ ਕਿਸ ਦੇ ਹੱਥ ਲੱਗੇਗੀ। ਫਿਲਹਾਲ ਤਾਂ ਆਤਿਸ਼ੀ ਨੇ ਗੌਤਮ ਗੰਭੀਰ ਖਿਲਾਫ਼ ਮਹਿਲਾ ਕਮਿਸ਼ਨ 'ਚ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਜਲੰਧਰ ਤੋਂ ਪਰਮਜੀਤ ਸਿੰਘ ਅੰਕੁਰੀ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਦਿਲ ਤੇ ਛਾਪੀ ਫਿਰਦਾ ਤੇਰਾ ਨਾਮ ਟਿਆਰੇ ਨੀ, ਕੱਲ ਰਾਤੀ ਮੈਂ ਲਿਖਤਾ ਤੇਰਾ ਨਾਮ ਬਨੇਰੇ ਤੇ, ਮੁੰਡਾ ਦਿਲ ਤੇ ਛਾਪੀ ਬੈਠਾ ਤੇਰਾ ਨਾਮ ਟਿਆਰੇ। ਕੀ ਤੁਸੀਂ ਆਸਟ੍ਰੇਲੀਆ ਸਟੂਡੈਂਟ ਵੀਜ਼ੇ 'ਤੇ ਜਾਣਾ ਚਾਹੁੰਦੇ ਹੋ? ਕੀ ਸਪਾਊਸ ਨੂੰ ਨਾਲ ਲੈ ਕੇ ਜਾਣਾ ਚਾਹੁੰਦੇ ਹੋ? ਕੀ 6-5 ਬੈਂਡ 'ਤੇ ਤੁਹਾਡਾ ਦਾਖਲਾ ਨਹੀਂ ਹੋ ਰਿਹਾ? ਅਤੇ ਅੱਜ ਹੀ ਪਿਰਾਮਿਡ ਈ ਸਰਵਿਸਿਜ਼ ਨਾਲ ਰਾਬਤਾ ਕਰੋ, 92563 92563 'ਤੇ ਕਾਲ ਕਰਕੇ ਆਸਟ੍ਰੇਲੀਆ ਸਟੂਡੈਂਟ ਬਾਰੇ